ਸਾਡੇ ਮੂਹਰੇ ਲੰਗਰ ਦੇਖੋ ਕਿਹਦਾ ਲੱਗਾ ਅੱਜ ਕੁਰਕੁਰੇ ਚਿਪਸ। ਹੋਰ ਮੈਮ ਠੀਕ ਠਾਕ ਜੀ? ਹਾਂਜੀ ਵਧੀਆ। ਤੇ ਬਾਕੀ ਨਗਰ ਕੀਰਤਨ ਆ ਰਿਹਾ ਸੀ, ਅਸੀਂ ਦਰਸ਼ਨ ਕਰਨ ਤਾਂ ਕਰਕੇ ਪੱਲੇ ਆਏ ਹਾਂ। ਬੋਲਿਆ ਹੁਣ ਤੁਸੀਂ ਆਪੇ ਖਾਈ ਜਾ ਰਹੇ ਹੋ ਨਾ, ਉਹ ਹੈਗਾ ਸਾਹਮਣੇ ਮੌਜੂਦ ਥੋੜੀ ਹੈ। ਚਲੋ ਆ ਜਾਓ ਦੇਖੀ, ਆ ਜਾ ਆ ਜਾ ਛੇਤੀ ਮੁੱਕ ਚੱਲੇ। ਬਾਬੇ ਤਾਂ ਬਹੁਤ ਲੰਬੀ ਆ ਨਾ, ਝਾੜੂ ਦੀ ਸੇਵਾ ਸਭ ਤੋਂ ਵੱਡੀ। ਘਰ ਆ ਗਈ ਸੀਗੀ ਮੈਂ ਨਾ, ਔਨਲਾਈਨ ਔਡਰ ਕੀਤਾ ਸੀਗਾ ਆਹ ਵਾਲਾ ਮੈਟ ਐਕਸਰਸਾਈਜ਼ ਕਰਨ ਦੇ ਲਈ। ਮੈਂ ਮੰਗਵਾਏ ਸੀਗੇ ਕਪਤਾਨ ਦੇ ਲਈ ਬਿਸਕਿਟਸ,
ਆਹ ਮੈਨੂੰ ਬੜੀ ਸਹੀ ਚੀਜ਼ ਲੱਗੀ ਆ। ਸਾਈਜ਼ ਵੀ ਇੰਨਾ ਜ਼ਿਆਦਾ ਨਹੀਂ ਹੈਗਾ ਪਰ ਇਹਦੀ ਕੁਆਲਿਟੀ ਵੀ ਬਹੁਤ ਜ਼ਿਆਦਾ ਵਧੀਆ ਆ। ਇਹ ਮੈਨੂੰ ਪਿਆ ਹੈਗਾ 200 ਕੁਛ ਦਾ। ਜਿਹੜਾ ਮੈਂ ਦੂਜਾ ਇੱਕ ਹੋਰ ਮੈਟ ਆ ਮੈਂ ਉਹ ਯੂਜ਼ ਕਰਦੀ ਸੀਗੀ ਐਕਸਰਸਾਈਜ਼ ਦੇ ਲਈ, ਪਰ ਉਹਦਾ ਚੱਕਰ ਇਹ ਸੀ ਉਹ ਸਲਿਪਰੀ ਬਹੁਤ ਸੀਗਾ, ਉਹ ਸਲਿਪ ਕਰਦਾ ਸੀਗਾ ਜਦੋਂ ਵੀ ਮੈਂ ਐਕਸਰਸਾਈਜ਼ ਕਰਦੀ ਸੀ। ਬਟ ਆਹ ਦੇਖੋ ਕਿੰਨਾ ਜ਼ਿਆਦਾ ਵਧੀਆ ਐਕਸਰਸਾਈਜ਼ ਵੀ ਮੈਂ ਇੱਥੇ ਹੀ ਕਰਦੀ ਹਾਂ ਰੂਮ ਦੇ ਵਿੱਚ ਹੀ। ਸੋਹਣਾ ਹੈ ਨਾ, ਵਧੀਆ ਆ ਕੁਆਲਿਟੀ ਕਾਫੀ ਜ਼ਿਆਦਾ। 289 ਦਾ ਕੁਛ ਸੀਗਾ, ਲੈਂਥ ਵੀ ਹੈਗਾ ਆ ਵਧੀਆ ਆ। ਸੋ ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਸਮਝਾ ਦਿੰਦੀ ਹਾਂ। ਕੱਲ੍ਹ ਸੀਗਾ ਮੰਮੀ ਦਾ ਟੈਸਟ ਅਤੇ ਆਪਾਂ ਕੱਲ੍ਹ ਉਸ ਤੋਂ ਬਾਅਦ 'ਚ ਵਲੋਗ ਨਹੀਂ ਸਟਾਰਟ ਕੀਤਾ ਕਿਉਂਕਿ ਘਰ ਆ ਕੇ ਥੋੜ੍ਹਾ ਮਤਲਬ ਕੰਮ ਗੁੰਮ ਕੀਤਾ, ਫਿਰ ਕਿਉਂਕਿ ਥੱਕ ਬਹੁਤ ਜ਼ਿਆਦਾ ਹੋ ਗਿਆ ਸੀਗਾ ਹੋਸਪਿਟਲ, ਤੁਹਾਨੂੰ ਪਤਾ ਹੀ ਆ ਨਾ ਬੰਦਾ ਕਿੰਨਾ ਜ਼ਿਆਦਾ ਥੱਕ ਜਾਂਦਾ। ਅਤੇ ਉਸ ਤੋਂ ਬਾਅਦ 'ਚ ਅੱਜ ਸੀਗਾ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ, ਅਤੇ ਉਹ ਤੁਸੀਂ ਨਗਰ ਕੀਰਤਨ ਦੇਖਿਆ ਸੀਗਾ ਜਿਹੜਾ ਉਹ ਸੀਗਾ ਬਾਬਾ ਸ਼੍ਰੀ ਚੰਦ ਜੀ ਦਾ। ਪਰ ਮਤਲਬ ਮੈਨੂੰ ਲੱਗਾ ਕਿ ਸ਼ਾਇਦ ਮਤਲਬ ਇਹ ਉਹਦੇ ਕਰਕੇ ਕੱਢਿਆ ਗਿਆ, ਪਰ ਨਹੀਂ, ਫਿਰ ਮੈਨੂੰ ਯਾਦ ਆਇਆ ਕਿ ਨਹੀਂ ਉੱਥੇ ਵੀ ਮਤਲਬ ਪ੍ਰਭਾਤ ਫੇਰੀਆਂ ਚੱਲਦੀਆਂ ਸੀਗੀਆਂ। ਸੋ ਇਹ ਵਾਲਾ ਸੀਗਾ ਬਾਬਾ ਸ਼੍ਰੀ ਚੰਦ ਜੀ ਦਾ ਨਗਰ ਕੀਰਤਨ ਜਿਹੜਾ ਕੱਢਿਆ ਸੀਗਾ ਅੱਜ। ਬਹੁਤ ਵੱਡਾ ਸੀ, ਮਤਲਬ ਬਹੁਤ ਜ਼ਿਆਦਾ ਵਧੀਆ ਸੀ, ਕਾਫੀ ਸੰਗਤ ਨੇ ਮਤਲਬ ਬਹੁਤ ਤਰ੍ਹਾਂ ਤਰ੍ਹਾਂ ਦੇ ਲੰਗਰ ਲਾਏ ਸੀਗੇ ਅਤੇ ਆਪਾਂ ਸਾਰਾ ਨਗਰ ਕੀਰਤਨ ਦੇਖਿਆ ਸੀ ਉੱਥੇ ਖੜ੍ਹ ਕੇ, ਅਤੇ ਬਹੁਤ ਜ਼ਿਆਦਾ ਵਧੀਆ ਲੱਗਿਆ। ਅਤੇ ਹੁਣ ਆਪਾਂ ਮੈਂ ਘਰ ਆ ਕੇ ਸੋਚਿਆ, ਮੇਰੇ ਦਿਮਾਗ 'ਚੋਂ ਹੀ ਨਿਕਲ ਜਾਂਦਾ ਜਦੋਂ ਮੈਂ ਘਰ ਆ ਜਾਂਦੀ ਨਾ ਵਲੋਗ ਮੇਰੇ ਦਿਮਾਗ 'ਚੋਂ ਨਿਕਲ ਹੀ ਜਾਂਦਾ ਇੱਕਦਮ। ਅਤੇ ਹੁਣ ਮੈਨੂੰ ਯਾਦ ਆਇਆ ਅਤੇ ਹੁਣ ਮੈਂ ਕਿਹਾ ਚਲ ਹੁਣ ਵਲੋਗ ਬਣਾਉਂਦੇ ਹਾਂ ਮੰਮੀ ਡੈਡੀ ਦੇ ਨਾਲ। ਅਤੇ ਹੋ ਮੈਨੂੰ ਲੱਗਦਾ ਵੈਸੇ ਤਾਂ ਪੂਰਾ ਹੋ ਹੀ ਚੱਲਾ ਹੋਊਗਾ, ਅਗਰ ਨਹੀਂ ਵੀ ਹੋਇਆ ਚਲੋ ਅਡੀਸ਼ਨਲੀ ਬਣਾ ਲੈਂਦੇ ਥੋੜ੍ਹਾ ਜਿਹਾ। ਛੱਲੀਆਂ ਖਾਈ ਜਾਂਦੇ, ਚਲੋ ਠੀਕ ਹੈ ਆ ਜਾਓ ਮੰਮੀ ਡੈਡੀ ਨੇ ਗੱਲਾਂ ਕਰਦੇ। ਦੁਕਾਨ ਲਾਈ ਉਹ ਬੋਤਲਾਂ ਦੀ, ਛੋਟੀਆਂ ਛੋਟੀਆਂ ਬੋਤਲਾਂ ਆ, ਮੰਮੀ ਹਸਪਤਾਲ ਨੂੰ ਲੈ ਕੇ ਗਏ ਸੀ ਇਹ ਬੋਤਲ। ਹੋਰ ਮੰਮੀ ਨਗਰ ਕੀਰਤਨ ਦੇਖਿਆ? ਮੈਂ ਮੰਮੀ ਨੂੰ ਵੀਡੀਓ ਭੇਜੀ, ਮੰਮੀ ਲੰਗਰ ਕੁਰਕੁਰੇ ਚਿਪਸ ਲੱਸੀ ਮਿੱਠੀ ਬਿਸਕੁਟ ਆਈਸਕ੍ਰੀਮ, ਨਹੀਂ ਉੱਥੇ ਬਾਹਰ ਹੀ ਕੋਲੇ ਹੀ ਹੈ ਨਾ ਉੱਥੇ ਤਾਂ ਗੁਰਦੁਆਰਾ, ਬਾਹਰ ਖੜ ਕੇ ਉਧਰੋਂ ਹੀ ਨੰਗਿਆ ਨਾ ਚੰਡੀਗੜ੍ਹ ਰੋਡ ਵੱਲ ਨੂੰ। ਨਗਰ ਕੀਰਤਨ ਬਹੁਤ ਵੱਡਾ ਸੀਗਾ, ਬਹੁਤ ਵਧੀਆ ਸੀ। ਤੁਸੀਂ ਹੁਣ ਘੁੰਮਦੇ ਆਏ ਮੈਂ ਦੇਖਿਆ ਤੁਹਾਨੂੰ, ਫਿਰ ਗਏ ਤਾਂ ਸੀ ਨਾ ਰਸੋਈ ਚ, ਜਿਹੜਾ ਰਸੋਈ ਚ ਲਾਸਟ ਗਿਆ ਉਹਨੇ ਭਰਨੀ ਆ, ਹੁਣ ਡੈਡੀ ਗਏ ਆ। ਹੋਰ ਦੱਸੋ ਫਿਰ, ਮੰਮੀ ਦੀ ਖਬਰ ਲੈ ਲਈ ਸੀ? ਠੀਕ ਠਾਕ ਆ, ਆਪਣੀ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ, ਤੁਹਾਨੂੰ ਕੋਈ ਸ਼ੱਕ ਮਾੜਾ ਮੋਟਾ
ਆਪਣਾ ਬਚਾ ਕਰੇ ਬਸ ਜਿਹੜਾ ਨੇ ਉਦਾਂ ਵੀ ਮਾੜਾ ਮੋਟਾ ਚੱਲ ਆਪਾਂ ਰੋਕ ਤਾਂ ਨਹੀਂ ਸਕਦੇ ਕਿਸੇ ਪ੍ਰੋਬਲਮ ਨੂੰ ਪਰ ਜੇ ਕੋਈ ਲੱਗਦੀ ਆ ਮਾੜੀ ਮੋਟੀ ਸਾਨੂੰ ਉਸ ਚੀਜ਼ ਦਾ ਇਲਾਜ ਤਾਂ ਜ਼ਰੂਰੀ ਹੈ ਆਹੋ ਇਲਾਜ ਤਾਂ ਬਗੈਰ ਤਾਂ ਕੁਝ ਨਹੀਂ ਹੈ ਇਦਾਂ ਥੋੜਾ ਟੀਟ ਨਹੀਂ ਹੋਣਾ ਚਾਹੀਦਾ ਜੇ ਤੁਹਾਨੂੰ ਕੋਈ ਪ੍ਰੋਬਲਮ ਲੱਗਦੀ ਆਪਣੀ ਸਿਹਤ ਨਾਲ ਕਦੇ ਵੀ ਨਹੀਂ ਦੁਆ ਕਰਨਾ ਚਾਹੀਦਾ ਆ ਸਿਹਤ ਪਹਿਲਾ ਜ਼ਰੂਰੀ ਨਾ ਲੈਣੀ ਨਹੀਂ ਇਹਨੂੰ ਨਹੀਂ ਹੋਣਾ ਇਹ ਤਾਂ ਹੈ 25 ਫੈਂਦੀ ਮੰਮੀ ਤਾਂ ਸਾਡੀ ਹੈ ਨਹੀਂ ਹੱਲੇ ਹਨਾ ਹੱਲੇ ਨਹੀਂ ਉਮਰ ਹੈ ਜੀ ਉਸ ਕੰਮ ਨਾਲ ਹਾਂ ਬਿਮਾਰੀਆਂ ਲੱਗਦੀਆਂ ਜਾਂ ਜਾ ਕੇ 60-70 ਸਾਲ ਨਾ ਮੰਜੇ ਤੇ ਬਹਿ ਜਾਂਦਾ ਬੰਦਾ ਹਨਾ ਉਹ ਪਤਾ ਲੱਗਦਾ ਲੱਗਣ ਸਹੀ ਗੱਲ ਹੈ ਬਿਮਾਰੀ ਦਾ ਨਾ ਤਾਂ ਹੁਣ ਮੈਨੂੰ ਲੱਗਦਾ ਹੀ ਨਹੀਂ ਨਹੀਂ ਇਹ ਡਰੀ ਦਾ ਥੋੜੇ ਹੁੰਦਾ ਮੰਮੀ ਡਰ ਕੇ ਮੈਨੂੰ ਮੇਰੇ ਹੱਥ ਪੈਰ ਪਤਾ ਨਹੀਂ ਮੇਰੇ ਮੋੜ ਦੇ ਹੱਥ ਆਇਆ ਕੰਬੀ ਜਾਂਦਾ ਸੀ ਆ ਐਡਾ ਉਂਗਲਾਂ ਇੱਕ ਦੂਏ ਤੇ ਚੜੀ ਜਾਂਦੀ ਤੇਰੇ ਸਾਹਮਣੇ ਸੀ ਦੁਆਰਾ ਸਾਹਿਬ ਮੈਂ ਕਦੇ ਨਾ ਕਰ ਕੋਈ ਕੱਲ ਪੈ ਗਿਆ ਮੈਂ ਚੱਕਰ ਹੁਣ ਕੁਝ ਵੀ ਨਹੀਂ ਪਾਣਾ ਨਹੀਂ ਸੀ ਕੱਲ ਮੰਮੀ ਨੇ ਡੈਡੀ ਨੇ ਪੁਆ ਚੱਲ ਜਾ ਕੇ ਨਹੀਂ ਲਿਆਉਣੀ ਕਹਿੰਦੇ ਸੀ ਆਹੋ ਡੈਡੀ ਵੀ ਹੁਣ ਤਾਂ ਠੀਕ ਆ ਚੱਲ ਗਈ ਸੀ ਕਿ ਗੱਟ ਨਾਲ ਫੜ ਕੇ ਤਾਂ ਚੱਲ ਗਈ ਸੀ ਕਿ ਉਦੋਂ ਮੈਂ ਹੱਥ ਵੀ ਜਿਹੜਾ ਨਾ ਜਿੱਦਾਂ ਸੁੱਕਣੇ ਵਾਲੇ ਦਾ ਨੀ ਕੰਮ ਦਾ ਏਦਾਂ ਉਂਗਲਾਂ ਇੱਕ ਦੂਜੇ ਨੂੰ ਚੜੀ ਜਾਂਦੀਆਂ ਸੀ ਕੋਈ ਉਂਗਲਾਂ ਚੜ੍ਹਦੀਆਂ ਡਾਕਟਰ ਨੇ ਵੀ ਦੱਸਦਾ ਕਹਿੰਦਾ ਹੈ ਨਹੀਂ ਨੁਕਸ ਕੋਈ ਨਹੀਂ ਸਹੀ ਆ ਨਾ ਮੈਨੂੰ ਵੀ ਪਤਾ ਸੀ ਮੈਂ ਕਿਹਾ ਹੈ ਨਹੀਂ ਆਉਂਦਾ ਓਕੇ ਹਟ ਗਿਆ ਜਿਹੜਾ ਸਿਗਾ ਮਾਰਾ ਮੋਟਾ ਹਾਂ ਆ ਕੀ ਇਹਨਾਂ ਨੇ ਗੋਲੀਆਂ ਖਾਣੀਆਂ ਨੇ ਬਹੁਤ ਆ ਜਿਹੜੀ ਗੋਲੀ ਨਾ ਲਓ ਮਸ਼ਹੂਰੀ ਹੋਣ ਲੱਗੀ ਅਸਲੀ ਮਸ਼ਹੂਰੀ ਹੋਣ ਲੱਗੀ ਅਸਲੀ ਤੌਰ ਨੇ ਇਹ ਲਾਇਆ ਨੇ ਸੈਂਟਰਮ ਬਸ ਸੀ ਹਾਂ ਮਲਟੀ ਵਿਟਾਮਿਨ ਹੈ ਨਾ ਪਵਨਦੀਪ ਮਲਟੀ ਵਿਟਾਮਿਨ ਲੈਣੇ ਚਾਹੀਦੇ ਇਹ ਪਵਨ ਵਾਲੀਆਂ ਗੋਲੀਆਂ ਸੀਗੀਆਂ ਆ ਜਿਹੜੀ ਲੀਵਰ ਦੀ ਆ 52 ਹਾਂ ਲੇ 52 ਤੇ ਮਲਟੀ ਵਿਟਾਮਿਨਸ ਲੈਣੇ ਚਾਹੀਦੇ ਹਰੇਕ ਬੰਦੇ ਨੂੰ ਮੈਂ ਨਹੀਂ ਕਦੇ ਲਏ ਹਰੇਕ ਬੰਦੇ ਮੈਂ ਮੰਮੀ ਨੂੰ ਮੈਂ ਹੁਣ ਮੰਗਾ ਕੇ ਦਿੱਤੇ ਉਸ ਆਨਲਾਈਨ ਡੈਡੀ ਕੋ ਹੈਗੇ ਸੀ ਪਵਨੇ ਵਾਲੇ ਇਹ ਸੀਗੇ ਮੈਨ ਵਾਲੇ ਸੋ ਤਾਂ ਕਰਕੇ ਡੈਡੀ ਨੇ ਦਿੱਤੇ ਸੀ ਲੇ 52 ਵੀ ਜ਼ਰੂਰੀ ਹੈ ਕਿਸੇ ਨੂੰ ਨੁਕਸ ਵੀ ਹੈ ਨਾ ਮਾੜਾ ਮੋਟਾ ਜਿੱਦਾਂ ਹੱਥਾਂ ਪੈਰਾਂ ਦਾ ਉਂਗਲੀਆਂ ਦਾ ਦਰਦ ਹੁੰਦਾ ਉਂਗਲਾਂ ਉਂਗਲਾਂ 'ਚ ਤੇ ਆਹ ਦੋ ਹੀ ਚੀਜ਼ਾਂ ਬਹੁਤ ਵਧੀਆ ਹੈ ਜੇ ਖਾਵੇ ਨਾ ਦੋਹਾਂ ਚੀਜ਼ਾਂ ਦੇ 4 ਮਹੀਨਿਆਂ 'ਚ ਮੈਨੂੰ ਇਹ ਸੈੱਟ ਕਰਤਾ ਰੋਟੀ ਰਾਤ ਨੂੰ ਨੀ ਖਾਣੀ ਚਾਹੀਦੀ ਦਿਨੇ ਤਾਂ ਮੈਂ ਖਾ ਲੈਣੀ ਪੱਠੇ ਮਿੱਤੋਂ ਨਾ ਸੀ ਚੱਕੋਂ ਦੇ ਤੌਰ ਮਿੱਤੋਂ ਨਾ ਸੀ ਹੁੰਦਾ ਹਾਂ ਬੁਰੇ ਹਾਲ ਸੀ ਪੱਠੇ ਨੂੰ 2 ਕਿਲੋ ਮੀਟਰ ਦਾ ਨਾ ਲੱਗਦਾ ਸੀ ਜਦੋਂ ਬਹੁਤ ਭਾਂਚ ਫਾਰ ਚੱਕ ਰਿਹਾ ਡੈਡੀ ਤੇ ਮੰਮੀ ਦੋਨਾਂ ਨੇ ਟੈਸਟ ਬੋਡੀ ਦੇ ਫੁੱਲ ਪੈਕੇਜ ਜਿਹੜਾ ਮਿਲਦਾ ਹੁੰਦਾ ਉਹ ਲਿਆ ਸੀਗਾ ਤੇ ਬਾਕੀ ਮੰਮੀ ਦੇ ਥੋੜਾ ਜਿਹਾ ਕੋਈ ਪ੍ਰੋਬਲਮ ਕਹਿੰਦੇ ਸੀਗੇ ਬਾਕੀ ਹਲੇ ਉਹ ਕਨਫਰਮ ਕਰੂਗੇ ਤੇ ਡੈਡੀ ਦੀਆਂ ਤਾਂ ਰਿਪੋਰਟਸ ਕੁਛ ਠੀਕ ਏ ਸੀ ਬਸ ਲੀਵਰ ਫੈਟੀ ਆ ਤੁਸੀਂ ਮੰਨੋ ਨਾ ਮੰਨੋ ਹਨਾ ਮੰਮੀ ਹੈਗਾ ਹਨਾ ਲੀਵਰ ਫੈਟੀ ਆ ਤੁਹਾਨੂੰ ਇਨਫੈਕਸ਼ਨ ਹੈ ਥੋੜੀ ਜਿਹੀ ਨਾ ਲੀਵਰ ਤਾਂ ਤੁਹਾਨੂੰ ਦੱਸਿਆ ਡਾਕਟਰ ਨੇ ਕੱਖ ਨਾ ਦੱਸੇ ਹੈਗਾ ਆ ਲਿਖਿਆ ਆ ਚੱਲ ਇਦਾਂ ਦਾ ਮਾੜਾ ਮੋਟਾ ਹੋਣਾ ਹੀ ਆ ਹੁਣ ਉਮਰ 60 ਸਾਲ ਦੀ ਉਮਰ ਹੋ ਗਈ ਆ ਸਹੀ ਕਿਤੇ ਸਾਰੀ ਤਰ੍ਹਾਂ ਠੀਕ ਏ ਥੋੜਾ ਹੁੰਦਾ ਬੰਦਾ ਡੈਡੀ ਆਈ ਵੀ ਜਿਹੜਾ ਹਸਪੀਟਲ ਆ ਇਹਦਾ ਨਾਮ ਵੀ ਬਦਲ ਦਿੱਤਾ ਇਹ ਖਰੀਦ ਲਿਆ ਉਹ ਲੈ ਲੈ ਉਹਨੇ ਲੈਣਾ ਨਹੀਂ ਲਿਆ ਮਸ ਉਹ ਵੀ ਲੈ ਗਏ ਹੋਰ ਦੇਖ ਲਓ ਮੈਂ ਕਿਹਾ ਸਾਰਾ ਹੀ ਖਰੀਦ ਲੈਣਾ ਡੈਡੀ ਸਾਰਾ ਕੁਝ ਹੀ ਲੈ ਹੀ ਲੈਣਾ ਉਹ ਤਾਂ ਉਸ ਵੇਲੇ ਸਾਰੀ ਦੁਨੀਆ ਹੀ ਖਰੀਦ ਲੈਣੀ ਪਿੰਡ ਬਚ ਕਰੇ ਤਾਂ ਅਸੀਂ ਸਾਰਿਆਂ ਨੇ ਇੱਥੇ ਨੌਕਰ ਲੱਗ ਜਾਣਾ ਸੀ ਉਹਨਾਂ ਦੇ
ਸਾਨੂੰ ਕੋਸਟ ਦੱਸੀ ਸੀ ਕੁਛ ਤੇ ਸਾਡੀ ਕੋਸਟ ਉਹਨੇ ਬਹੁਤ ਜ਼ਿਆਦਾ ਵਧਾ ਦਿੱਤੀ ਬਾਅਦ ਚ ਮਗਰੋਂ ਬੰਦਾ ਕੀ ਕਹੂ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਤੁਸੀਂ ਪਹਿਲਾਂ ਪੁੱਛਿਆ ਸੀ ਜਿਹੜੀ 10 ਤੋਂ 15 ਦੇ ਵਿੱਚ ਵਿੱਚ ਗਿਆ ਸੀਗਾ ਮੁੜ ਕੇ 17 ਮੁੜ ਕੇ ਮੈਂ ਕਿਹਾ ਮੈਂ ਪੁੱਛਿਆ ਮੈਂ ਕਿਹਾ ਤੁਸੀਂ ਤਾਂ ਹਾਂ ਮੈਂ ਪੁੱਛਿਆ ਮੈਂ ਕਿਹਾ ਤੁਸੀਂ ਏਦਾਂ ਕਹਿੰਦੇ ਸੀਗੇ ਮੈਂ ਕਿਹਾ ਉਹਨਾਂ ਨੇ ਤਾਂ ਕਿਹਾ ਸੀ 10 ਤੋਂ 15 ਹਾਰਡਲੀ ਵੀ ਇਸ ਤੋਂ ਬਾਅਦ ਉੱਪਰ ਨਹੀਂ ਜਾਂਦਾ ਕਹਿੰਦੀ ਬਾਇਓਪਸੀ ਜਿਹੜੀ ਸੀਗੀ ਨਾ ਕਹਿੰਦੀ ਫਿਰ ਉਹਦੇ ਦੋ ਲੇ ਬਾਅਦ ਚ ਘੁਮਾ ਦਿੰਦੀਆਂ ਗੱਲਾਂ ਦੋ ਲੇ ਮੈਂ ਕਿਹਾ ਜਿਹੜਾ ਰਿਜ਼ਲਟ ਆਉਣਾ ਇੱਕ ਚ ਵੀ ਉਹੀ ਆਉਣਾ ਦੂਜੇ ਚ ਵੀ ਉਹੀ ਆਉਣਾ ਆ ਇਹ ਕੀ ਮਤਲਬ ਬਣਿਆ ਪਤਾ ਨੀ ਕਹਿੰਦੀ ਦੋ ਲਈਆਂ ਨਾ ਵਾਇਪਸੀਆਂ ਤਾਂ ਕਰਕੇ ਚਾਰਜਸ ਉਹਦੇ ਉਹਦੇ ਹੀ ਵਧੇ 4000 ਰੁਪਏ ਸਹੀ ਆ ਹੋਰ ਏਦਾਂ ਆ ਅਲੱਗ ਅਲੱਗ ਰੇਟ ਆ ਹਰੇਕ ਦਾ ਇਹਨੇ ਪਹਿਲਾਂ ਫਸਾ ਲੈਣਾ ਏਦਾਂ ਕਹਿ ਕੇ ਕਿਹਦਾ ਨਹੀਂ ਇਹਦਾ ਵੱਧ ਆ ਚੱਲ ਬਸ ਅਸੀਂ ਇੱਕੋ ਵਾਰ ਕਰਾਣਾ ਆ ਅਸੀਂ ਨੀ ਵਾਰ ਵਾਰ ਫਸਣਾ ਇਹ ਚ ਮੰਮੀ ਕਹਿੰਦੀ ਮੇਰੇ ਇੱਦਾਂ ਲਾਤੀਆਂ ਉਹ ਚੇਪੀਆਂ ਜਿਹੀਆਂ ਸਾਈਨ 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 ਕਰਾਏ ਉਹ ਪਤਾ ਕਿਉਂ ਮਾਜ ਵੇਲੇ ਮਰ ਜੰਨੀਆਂ ਤੇਰੇ ਵਾਲੀਆਂ ਕਾਊਂਟਰ ਤੇ ਹਾਏ ਨੀ ਡੈਡੀ ਮਾਜ ਵੇਲੇ ਉੱਦਾਂ ਹੀ ਮਰ ਜੰਨੀਆਂ ਗੱਲ ਕਰ ਮਰ ਵੀ ਜਾਂਦੀਆਂ ਹੀ ਆ ਇਹਦੇ ਵਿੱਚ ਉਹ ਘਬਰਾ ਕੇ ਬੰਦਾ ਕਈ ਵਾਰ ਘਬਰਾ ਜਾਂਦਾ ਆ ਤਾਂ ਦੱਸਿਆ ਮੈਂ ਆਪ ਉਹ ਮਸ਼ੀਨ ਨਹੀਂ ਜਿਹੜੀ ਜਿਹਦੇ ਵਿੱਚ ਪਾ ਕੇ ਕਰਦੇ ਆ ਸਿਰ ਦਾ ਆਹੋ ਭੈਣ ਚੋ ਮੈਨੂੰ ਇੱਦਾਂ ਫੜੀ ਜਾਵੇ ਮੇਰੇ ਕੜਾ ਮੈਂ ਵਿੱਚੇ ਪਾ ਕੇ ਭੜ ਗਿਆ ਉਹਦੇ ਭੱਜੇ ਉਹ ਤਾਂ ਮੈਨੂੰ ਖਿੱਚੇ ਗੱਲ ਕਹਿੰਦੀ ਜਿੱਦਾਂ ਕੜੇ ਨੂੰ ਕੜਾ ਉਹ ਕੜਾ ਕਹਿੰਦੀ ਭਰਾ ਕੜ ਕੱਢ ਖੋਲ ਕੇ ਆ ਇਹ ਮੈਂ ਵਿੱਚ ਹਿੱਲੀ ਜਾਵਾਂ ਮੈਂ ਕਿਹਾ ਮੈਡਮ ਮੇਰੇ ਤਾਂ ਕੜਾ ਨਾਲ ਲੱਗਦਾ ਪਿੱਤ ਦਾ ਕਰਕੇ ਆ ਮੈਂ ਕਿਹਾ ਮੈਨੂੰ ਬਾਹਰ ਕੱਢੋ ਪਹਿਲਾਂ ਮੈਂ ਭੈਣ ਚੋ ਡਰਿਆ ਉਹਦੇ ਵਿੱਚ ਕਦੇ ਸਾਰੀ ਟੋਂ ਕਿੰਨਾ ਕੁਛ ਕਰੇ ਉਹ ਮੈਂ ਬਾਹਰ ਕੱਢਿਆ ਫਿਰ ਪਹਿਲਾਂ ਤਾਂ ਕੜਾ ਵਧਾ ਕੇ ਆਇਆ ਬਾਹਰ ਭੈਣ ਚੋ ਆ ਦੂਏ ਦੇ ਬਿਲਡਿੰਗ ਦੇ ਕੜਾ ਵਧਾ ਕੇ ਆ ਕੇ ਫਿਰ ਮੈਂ ਕਹਿੰਦੀ ਕੜਾ ਵਧਾ ਕੇ ਆ ਚੱਲ ਫਿਰ ਤੇਰਾ ਮੁੜ ਕੇ ਟਾਈਮ ਨਹੀਂ ਤਾਂ ਖਰਾਬ ਹੋ ਜਾਣਾ ਫਿਰ ਦੁਬਾਰਾ ਉਹਨੇ ਨਵੇਂ ਸਿਰੇ ਵਾੜਿਆ ਮੈਂ ਕਿਹਾ ਇਹਦਾ ਡਰ ਤਾਂ ਨੀ ਕੋਈ ਇਹਦਾ ਕਈ ਕੁਛ ਕਰਤੀ ਜਾਣੀ ਕਹਿੰਦੀ ਕੋਈ ਗੱਲ ਨੀ ਇਹ ਤੇਰੀ ਜਿੱਤ ਦੇ ਨੁਕਸ ਆ ਉੱਥੇ ਬੋਲਣਾ ਨਹੀਂ ਸਹੀ ਆ ਫਿਰ ਇਦਾਂ ਬੰਦੇ ਕਈ ਡਰ ਜਾਂਦੇ ਫਿਰ ਪੁੱਛ ਕੇ ਮੈਂ ਕਿਹਾ ਹੁਣ ਜਿੰਨਾ ਚਿਰ ਮਰਜ਼ੀ ਭਾਈ ਦਾ ਉਹ ਸਾਈਨ ਇਦਾਂ ਹੁੰਦੇ ਆ ਵੀ ਤੁਹਾਡੇ ਬੇਹੋਸ਼ੀ ਦਾ ਟੀਕਾ ਲਾਇਆ ਸੀਗਾ ਕਈ ਵਾਰ ਕੋਈ ਚੀਜ਼ ਮਤਲਬ ਉਹ ਕਰ ਜਾਂਦੀ ਹੈ ਨਾ ਖਰਾਬੀ ਤਾਂ ਕਰਕੇ ਅਗਲੇ ਸਾਈਨ ਕਰਾ ਲੈਂਦੇ ਕਿ ਅਸੀਂ ਤੁਹਾਨੂੰ ਪਹਿਲੇ ਹੀ ਪੁੱਛਿਆ ਸੀ ਤੁਹਾਡੀ ਮਨਜ਼ੂਰੀ ਹੈ ਏਦਾਂ ਹੁੰਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈ ਕੋਈ ਉਨੀ ਨਿੱਕੀ ਹੁੰਦੀ ਆ ਕਿਸੇ ਬੰਦੇ ਨੂੰ ਬੋਲਦੇ ਵੀ ਉਹ ਦਸਕਤ ਉੱਥੇ ਕਰਾ ਲਏ ਹੋਣੇ ਆ ਭੋਲ ਟੀਕਾ ਖਾਲਿਆਂ ਤਾਂ ਗਲਤ ਲੱਗ ਗਿਆ ਉਹਦੇ ਵਿੱਚ ਡਾਕਟਰ ਨੂੰ ਨਹੀਂ ਤੁਸੀਂ ਕਹਿ ਸਕਦੇ ਉਹਨਾਂ ਨੂੰ ਕੀ ਕਹਿ ਦੇਣਾ ਆ ਉਹਨਾਂ ਨੂੰ ਨਹੀਂ ਕੁਝ ਵੀ ਕਹਿ ਦੇਣਾ ਆ ਇਹ ਤਾਂ ਹੈਗਾ ਹੀ ਆ ਚਲੋ ਫੀਡਬੈਕ ਲੈਂਦੇ ਸੀ ਵੀ ਸਾਡਾ ਹਸਪੀਟਲ ਕਿੱਦਾਂ ਦਾ ਲੱਗਾ ਸਾਡਾ ਸਟਾਫ ਕਿੱਦਾਂ ਦਾ ਲੱਗਾ ਤੁਹਾਨੂੰ ਵਧੀਆ ਟ੍ਰੀਟ ਕੀਤਾ ਮਤਲਬ ਹੁਣ ਉਹ ਨੀ ਉਹ ਆਨਲਾਈਨ ਪੋਸਟ ਕਰਦੇ ਆ ਇੱਕ ਗੱਲ ਆ ਅੱਗੇ ਵਾਲਾ ਜਿੱਦਾਂ ਨਹੀਂ ਸੀ ਹੁਣ ਉਹ ਕੁੜੀਆਂ ਲਈ ਫਿਰਦੀਆਂ
ਪਤਾ ਉਹ ਕਿਉਂ ਮੰਮੀ ਹੁਣ ਇਹਨਾਂ ਦੇ ਸਟਾਫ ਆਪਣਾ ਮਤਲਬ ਹੁਣ ਇਹਨਾਂ ਦਾ ਨਾਮ ਚੇਂਜ ਹੋ ਗਿਆ ਹੁਣ ਇਹ ਜੇ ਤਾਂ ਵਧੀਆ ਕਿਸੇ ਨੂੰ ਸਰਵ ਕਰੂਗੇ ਵਧੀਆ ਕੰਮ ਕਰੂਗੇ ਫੇਰ ਤਾਂ ਇੱਥੇ ਆਊਗੇ ਲੋਕੀ ਨਹੀਂ ਤਾਂ ਲੋਕਾਂ ਨੇ ਨਾਮ ਪਿੱਛੋਂ ਹੀ ਹਟ ਜਾਣਾ ਅਗਲੇ ਕਹਿਣਾ ਹੁਣ ਤਾਂ ਇਹ ਉਹ ਵਾਲਾ ਹੈ ਨਹੀਂ ਹਸਪੀਟਲ ਤਾਂ ਕਰਕੇ ਆ ਉਹਨੇ ਆਪਣੀਆਂ ਸਹੂਲਤਾਂ ਉਸ ਹਿਸਾਬ ਨਾਲ ਵਧਾ ਦੇਣੀਆਂ ਆ ਪਹਿਲਾਂ ਕਦੋਂ ਫਾਈਲ ਫੜ ਕੇ ਦਦਰਾ ਚ ਖੜਦੀਆਂ ਸੀ ਨਹੀਂ ਫਾਈਲ ਫੜ ਉਹ ਮਤਵੰਤਾ ਫੇ ਪਸਾਉਣੀਆਂ ਉਹ ਬੰਦੇ ਨੂੰ ਫੇ ਆ ਜਾ ਜਾ ਦੂਰ ਦੂਰ ਬੰਦੇ ਦੱਸਣ ਫੇ ਬਹੁਤ ਵਧੀਆ ਲੱਗਦਾ ਹੈ ਅਗਲੇ ਨੂੰ ਕੋਲ ਖੜਾ ਕਰਕੇ ਵਧੀਆ ਮਤਲਬ ਵਧੀਆ ਦੁਆ ਕਰਦੀਆਂ ਆ ਹੈ ਵੀ ਬਾਹਰੋਂ ਹੀ ਆ ਇੱਥੋਂ ਨਹੀਂ ਆਈਆਂ ਹੋਰ ਕਿਸੇ ਦੇਸ਼ ਤੋਂ ਆ ਦੇਸ਼ ਤੋਂ ਨਹੀਂ ਹੋਰ ਕਿਤੇ ਤੋਂ ਮੰਮੀ ਇਹਦੇ ਇੱਧਰੋਂ ਨਹੀਂ ਹੈਗੀਆਂ ਆਹੋ ਦੂਰ ਦੀਆਂ ਆ ਅਤੇ ਬਾਕੀ ਚਲੋ ਫਿਰ ਬਾਕੀ ਵਲੋਗ ਆਪਾਂ ਹੁਣ ਆਪਣਾ ਇੱਥੇ ਹੀ ਐਂਡ ਕਰਦੇ ਹਾਂ ਡੈਡੀ ਨੇ ਮੈਨੂੰ ਕਿਹਾ ਸੀ ਕੱਲ੍ਹ ਬਣਾਉਣੀ ਆਪਾਂ ਪਰ ਕੱਲ੍ਹ ਬਣਾਇਆ ਹੀ ਨਹੀਂ ਗੱਲਬਾਤ ਹੋ ਹੀ ਜਾਂਦੀ ਆ ਕਰ ਹੀ ਲਈਦੀ ਆ ਗੱਲਬਾਤ ਕਰ ਹੀ ਲਈਦੀ ਆ ਸਹੀ ਗੱਲ ਆ ਪਾਰਟੀ ਕਿੱਥੇ ਸਾਡੀ ਪਕੌੜੇ ਬਾਹਰ ਨਿਕਲਣੇ ਹੈ ਪਨੀਰ ਲਿਆ ਕੇ ਪਨੀਰ ਤੇ ਵਧੀਆ ਬਣਾ ਉਹਦੇ ਵਿੱਚ ਮਿਰਚ ਮਸਾਲਾ ਕਾਲੀ ਮਿਰਚ ਮਹਿੰਗੀਆਂ ਬਹੁਤ ਆ ਤੇ ਹੁਣ ਆਪਾਂ ਆਪਣਾ ਵਲੌਗ ਇੱਥੇ ਐਂਡ ਕਰਦੇ ਹਾਂ ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ ਹੋਪਫੁਲੀ ਸਾਨੂੰ ਵਲੌਗ ਵਧੀਆ ਲੱਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸੋਹਣਾ ਜਿਹਾ ਕਮੈਂਟ ਕਰ ਦਿਓ ਤੇ ਨੈਕਸਟ ਵਲੌਗ ਦੇਖਦੇ ਹਾਂ 12 ਤਰੀਕ ਨੂੰ ਆ ਨਾ ਉੱਥੇ ਹੋਗਾ ਤੇ ਉੱਧਰ ਨੂੰ ਮੈਂ ਨਵਾਂ ਸੂਟ ਪਾ ਕੇ ਜਾਊਂਗੀ ਉਹ ਭਾਅ ਜਿਹੜੇ ਹੁਣ ਮੈਂ ਦੋ ਸੂਟ ਬਣਵਾਏ ਆਪਣੇ ਨਾਲ ਚੱਲੇ ਮੇਰੇ ਨਾਲ ਹੁਣ ਮੰਮੀ ਮੇਰੇ ਨਾਲ ਬੈਠਣ ਲੱਗ ਪਏ ਆ ਦੇਖਿਆ ਕੀ ਕਹਿੰਦੇ ਸੀ ਮੈਂ ਨਹੀਂ ਬਹਿੰਦੀ ਤੁਸੀਂ ਜਾਣਾ ਪਕੌੜੇ ਨਹੀਂ ਖਾਣੇ ਲੰਗਰ ਦਾਲ ਜਿਹੜੀ ਵਧੀਆ ਜੀ ਦਾਲ ਲਿਆ ਸਕਦੇ ਆ ਡੱਬੇ ਲਿਜਾਣਾ ਮਤਲਬ ਦੁੱਧ ਲੈ ਜਾ ਜਾਂਦੀ ਜਾਂਦੀ ਉਹਦੇ ਵਿੱਚ ਪਵਾ ਲਿਆ ਭਾਂਡਾ ਲੈ ਜੋ ਭਾਂਡੇ ਨਾਲ ਅਗਲੇ ਨੂੰ ਚੀਜ਼ ਵੀ ਦੋ ਮਤਲਬ ਦੁੱਧ ਲੈ ਜੋ ਨਹੀਂ ਉਹੀ ਕਹਿੰਦੀ ਆ ਦੁੱਧ ਵੀ ਲੈ ਕੇ ਜਾਓ ਮਤਲਬ ਏਦਾਂ ਵੀ ਨੀ ਕਿਸੇ ਦੇ ਤਾਂ ਪ੍ਰੋਗਰਾਮ ਵਗੈਰਾ ਵੀ ਆ ਉਦੋਂ ਦੀ ਗੱਲ ਕਰਦੇ ਆ ਚਲੋ ਗੁਰੂ ਘਰ ਲਈ ਤਾਂ ਨਹੀਂ ਆਪਾਂ ਉਹ ਤਾਂ ਨਹੀਂ ਗੱਲ ਕਰਦੇ ਜਿੱਦਾਂ ਹੁਣ ਪ੍ਰੋਗਰਾਮ ਹੁੰਦਾ ਕਿਸੇ ਦੇ ਵਿਆਹ ਸ਼ਾਦੀ ਹੁੰਦੀ ਆ ਜੇ ਜਾਂਦੇ ਹੁੰਦੇ ਨਾ ਜੇ ਕੁਛ ਵੀ ਆ ਤੇ ਦੁੱਧ ਲੈ ਕੇ ਜਾਂਦੇ ਭਾਂਡੇ ਚ ਪਾ ਕੇ ਵੀ ਬਹਾਨੇ ਨਾਲ ਅਗਲਾ ਕੋਈ ਚੀਜ਼ ਖਾ ਦੇ ਡੈਡੀ ਕੋ ਤਕਨੀਕ ਹੈ ਉਹ ਵਾਲੀ ਵੀ ਲੈ ਜਾਓ ਅਗਲਾ ਖਾਲੀ ਤਾਂ ਨੀ ਮਾਡਲ ਲੱਗਾ ਕੋਈ ਪਾ ਕੇ ਲੋਗੋ ਵਿੱਚ ਨਹੀਂ ਗੱਲ ਪਤਾ ਕੀ ਹੈ ਆਪ ਜਾਣਾ ਨਹੀਂ ਹੈਗਾ ਜਾਣਾ ਨਹੀਂ ਹੈਗਾ ਸਹੀ ਗੱਲ ਆ ਉਦੜ ਵੀ ਇੱਦੀ ਹੋਈ ਆ ਕੜੀ ਨੂੰ ਮੈਂ ਲਿਆਉਂਦੀ ਨਹੀਂ ਉਦੜ ਵੀ ਇੱਦੀ ਹੋਈ ਕੜੀ ਦੀ ਵਾਰ ਨੂੰ ਵਿਚਾਰੀ ਦੀ ਵਾਰ ਨੂੰ ਛੱਡੀ ਨਹੀਂ ਤੇ ਲੋ ਚਮਚਾ ਵੀ ਉਹ ਕਿੰਨੀ ਸਵਾਦ ਸੀਗੀ ਸਵਾਦ ਬਹੁਤ ਸੀਗੀ ਚਲੋ ਠੀਕ ਹੈ ਹੁਣ ਡੈਡੀ ਮੂਵੀ ਦੇਖ ਲੈਣ ਤੇ ਰੋਟੀ ਪਾਣੀ ਖਾ ਲੈਣ ਤੇ ਆਪਾਂ ਵਲੌਗ ਕੱਲ੍ਹ ਨੂੰ ਕੰਟੀਨਿਊ ਕਰਾਂਗੇ ਹੋਰ ਨਵਾਂ
ਸਾਰੇ ਜਣੇ ਵਲੌਗ ਨੂੰ ਲਾਈਕ ਕਰ ਦਿਓ, ਕਮੈਂਟ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ, ਤੇ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ।